ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿੱਖ ਯੂਨੀਵਰਸ। ਮੈਂ ਤੁਹਾਡੇ ਨਾਲ ਪ੍ਰਭਜੋਤ ਕੌਰ। ਸਿੱਖਾਂ ਦੇ ਨਾਲ ਜੁੜੀ ਇੱਕ ਬੇਹੱਦ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਦੀ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਦੇਖਣ ਨੂੰ ਮਿਲੀ ਹੈ। ਤਾਂ ਇੱਥੇ ਇੱਕ ਨੌਜਵਾਨ ਜੋ ਜਾਪਾਨ ਤੋਂ ਖਾਸ ਤੌਰ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚਿਆ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਭਾਰਤ ਦੇ ਵਿੱਚ ਪੈਦਲ ਯਾਤਰਾ ਕਰ ਰਿਹਾ ਹੈ, ਉੱਥੇ ਨਿਕਲਿਆ ਹੋਇਆ ਹੈ। ਉੱਥੇ ਹੀ ਜਦ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹ ਸਿੱਖੀ ਦੇ ਬਾਰੇ ਪੜ੍ਹਦਾ ਪਿਆ ਸੀ, ਜਿਸ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਜਾਣਾ ਚਾਹੁੰਦਾ ਸੀ। ਤਾਂ ਅੱਜ ਉਸਦੀ ਇਹ ਇੱਛਾ ਜਿਹੜੀ ਹੈ ਪੂਰੀ ਹੋਣ ਜਾ ਰਹੀ ਹੈ। ਹੁਣ ਉਹ ਨੌਜਵਾਨ ਰੋਪੜ ਪਹੁੰਚ ਗਿਆ ਹੈ, ਤਾਂ ਸ੍ਰੀ ਦਰਬਾਰ ਸਾਹਿਬ ਦੇ ਲਈ ਪੈਦਲ ਯਾਤਰਾ ਦੇ ਲਈ ਇਹ ਜਿਹੜਾ ਜਾਪਾਨ ਤੋਂ ਨਿਕਲਿਆ ਹੋਇਆ ਹੈ। ਹਾਲਾਂਕਿ ਭਾਰਤ ਦੇ ਵਿੱਚ ਵੱਖ ਵੱਖ ਜਗ੍ਹਾ ਤੇ ਜਾ ਚੁੱਕਿਆ ਹੈ, ਤਾਂ ਹੁਣ ਇਸ ਸਮੇਂ ਰੋਪੜ ਦੇ ਵਿੱਚ ਮੌਜੂਦ ਹੈ। ਸ੍ਰੀ ਦਰਬਾਰ ਸਾਹਿਬ ਇਸ ਨੇ ਜਾਣਾ ਹੈ, ਪੈਦਲ ਯਾਤਰਾ ਦੇ ਲਈ ਨਿਕਲਿਆ ਹੋਇਆ ਹੈ। ਤਾਂ ਜੋ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਕਾਫੀ ਸਮੇਂ ਤੋਂ ਸਿੱਖਾਂ ਪ੍ਰਤੀ ਜਿਹੜਾ ਹੈ ਕਹਿ ਸਕਦੇ ਹਾਂ ਕਿ ਸਿੱਖਾਂ ਦੇ ਬਾਰੇ ਪੜ੍ਹਦਾ ਸੀ। ਇਸ ਨੇ ਦੱਸਿਆ ਹੈ ਕਿ ਉਹ ਸਿੱਖਾਂ ਤੇ ਕਾਫੀ ਜਿਹੜੇ ਸਿੱਖਾਂ ਦੇ ਇਤਿਹਾਸ ਹੈ ਕਾਫੀ ਜ਼ਿਆਦਾ ਪੜ੍ਹਦਾ ਹੈ, ਤਾਂ ਅਟੁੱਟ ਸ਼ਰਧਾ ਇਸ ਦੀ, ਜਿਸ ਕਰਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦਾ ਹੈ। ਤਾਂ ਇਸ ਨੌਜਵਾਨ ਨੇ ਮੌਕੇ ਤੇ ਹੋਰ ਕੀ ਕੁਝ ਦੱਸਿਆ ਹੈ, ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ। I am from Japan. From now. Yeah. Coming today. From Kolkata. I started to go from Kolkata 5 months ago. And yeah, but I spent very much time in Delhi and Agra, Varanasi. Yeah, some cities I spent times. So yeah. Yes, I started to work from Vietnam, like Cambodia, Thailand, and I took a flight to Kolkata, and I restarted work from Kolkata. So mostly walking. So sometimes, you know, in Myanmar, all the borders are closed, so I couldn't enter to Myanmar. So that's why I took a flight to Kolkata. I skipped. Yeah, of course I have passport and I take a visa if I need. For example, India, I need a visa. I'm sorry. I came to Kolkata 5 months ago. So yes. You are traveling. Yeah.